ਕਹਿੰਦੇ ਨੇ ਜਿਹੜਾ ਪੈਸਾ ਹੁੰਦਾ ਹੈ ਉਹ ਬੰਦੇ ਦੀ ਮੱਤ ਮਾਰ ਦਿੰਦਾ ਹੈ, ਇਸੇ ਕਰਕੇ ਪੈਸੇ ਨੂੰ ਜ਼ਿਆਦਾ ਸਿਰ ਤੇ ਨਹੀਂ ਚੜਾਉਣਾ ਚਾਹੀਦਾ। ਪੈਸੇ ਦੀ ਤੇ ਬੰਦੇ ਦੀ ਚੱਕ ਵਿੱਚ ਆਇਆ ਬੰਦਾ ਕਦੇ ਉੱਤੇ ਨਹੀਂ ਜਾ ਸਕਦਾ। ਮੈਨੂੰ ਲੱਗਦਾ ਰਾਕੇ ਨਾਲ ਵੀ ਇੰਜ ਹੀ ਹੋਇਆ ਹੈ। ਅੱਜ ਦੀ ਵੀਡੀਓ ਵਿੱਚ ਅਸੀਂ ਰਾਕੇ ਦੇ ਨਵੇਂ ਗੀਤ ਕਲਾਕਾਰ ਅਤੇ ਸਵਾਦ ਬਾਰੇ ਗੱਲ ਕਰਾਂਗੇ, ਸੋ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ। ਅਮਲੀ ਐਂਥਮ ਗੀਤ ਤੋਂ ਰਾਕਾ ਲੋਕਾਂ ਦੀਆਂ ਨਜ਼ਰਾਂ ਵਿੱਚ ਆਇਆ। ਉਸ ਤੋਂ ਬਾਅਦ ਰਾਕੇ ਨੇ ਸਿਰਫ ਨਸ਼ਿਆਂ ਤੇ ਹੀ ਗੀਤ ਗਾਏ। ਚਲੋ ਕੋਈ ਗੱਲ ਨੀ, ਅਗਲਾ ਆਪਣੇ ਪੈਸੇ ਕਮਾ ਰਿਹਾ ਹੈ, ਸਾਨੂੰ ਕੋਈ ਪ੍ਰੋਬਲਮ ਨਹੀਂ ਹੋਣੀ ਚਾਹੀਦੀ ਇਹੋ ਜਿਹੇ ਗੀਤਾਂ ਤੋਂ। ਪਰ ਕਲਾਕਾਰ ਗੀਤ ਵਿੱਚ ਕਾਕਾ ਪੰਜਾਬੀ ਇੰਡਸਟਰੀ ਦੇ ਵੱਡੇ ਸਿੰਗਰ ਸਿੱਧੂ ਮੂਸੇਵਾਲੇ ਨੂੰ ਵੀ ਗਲਤ ਬੋਲ ਗਿਆ ਸੀ। ਉਸ ਤੋਂ ਬਾਅਦ ਰਾਕੇ ਨੂੰ ਕਮੈਂਟਾਂ ਵਿੱਚ ਬਹੁਤ ਜ਼ਿਆਦਾ ਪ੍ਰਸਾਦ ਮਿਲਿਆ। ਲੋਕਾਂ ਨੇ ਰਾਕੇ ਦਾ ਬਹੁਤ ਵਿਰੋਧ ਕੀਤਾ, ਜੋ ਕਿ ਸਹੀ ਵੀ ਲੱਗਦਾ ਹੈ। ਰਾਕਾ ਇੱਕ ਆਰਟਿਸਟ ਹੈ ਤੇ ਇੱਕ ਆਰਟਿਸਟ ਬੰਦਾ ਇੱਕ ਆਰਟਿਸਟ ਬੰਦੇ ਨੂੰ ਸਮਝੇ ਤਾਂ ਚੰਗੀ ਗੱਲ ਹੈ, ਜੇ ਜੈਲਸੀ ਕਰਦਾ ਹੈ ਤਾਂ ਉਹ ਚੰਗੀ ਗੱਲ ਨਹੀਂ ਹੈ। ਰਾਕੇ ਨੂੰ ਸਿੱਧੂ ਖਿਲਾਫ ਬੋਲਣ ਤੋਂ ਪਹਿਲਾਂ ਇਹ ਸੋਚਣਾ ਚਾਹੀਦਾ ਸੀ ਕਿ ਮੈਂ ਜਿਸ ਖਿਲਾਫ ਬੋਲ ਰਿਹਾ ਹਾਂ ਉਹ ਇਸ ਦੁਨੀਆਂ ਤੇ ਨਹੀਂ ਹੈ। ਜੇ ਉਹ ਇਨਸਾਨ ਹੁੰਦਾ ਤਾਂ ਫਿਰ ਰਾਕਾ ਬੋਲਦਾ, ਜਦੋਂ ਉਹ ਇਨਸਾਨ ਇਸ ਦੁਨੀਆਂ ਤੇ ਹੈ ਹੀ ਨਹੀਂ ਹੈ ਤਾਂ ਰਾਕੇ ਨੂੰ ਉਸ ਬਾਰੇ ਗਲਤ ਬੋਲਣ ਦਾ ਕੀ ਫਾਇਦਾ। ਇਸ ਦਾ ਮਤਲਬ ਰਾਕਾ ਸਿੱਧੂ ਦੇ ਨਾਂ ਤੋਂ ਫੇਮ ਖੱਟ ਰਿਹਾ ਹੈ, ਇਹ ਬਹੁਤੀ ਚੰਗੀ ਗੱਲ ਨਹੀਂ। ਇਸ ਤਰ੍ਹਾਂ ਕਿਸੇ ਸਿੰਗਰ ਨੂੰ ਗਲਤ ਬੋਲਣ ਦਾ ਕੋਈ ਫਾਇਦਾ ਨਹੀਂ, ਉਸ ਨਾਲ ਲੋਕ ਤਾਂ ਉਹਨੂੰ ਪਸੰਦ ਨਹੀਂ ਕਰਨਗੇ। ਕਲਾਕਾਰ ਗੀਤ ਤੋਂ ਬਾਅਦ ਰਾਕੇ ਨੇ ਸਵਾਦ ਗੀਤ ਵੀ ਰਿਲੀਜ਼ ਕੀਤਾ, ਜਿਸ ਵਿੱਚ ਰਾਕੇ ਨੇ ਕਿਹਾ ਕਿ ਤੁਸੀਂ ਮੇਰੀ ਇੱਕ ਲਾਈਨ ਪਿੱਛੇ ਮੈਨੂੰ ਮਾੜਾ ਬਣਾਤਾ, ਤੁਸੀਂ ਪਹਿਲਾਂ ਆਪ ਹੀ ਕਹਿੰਦੇ ਹੋ ਤੇ ਫਿਰ ਆਪ ਹੀ ਸਵਾਦ ਲੈਂਦੇ ਹੋ। ਇਹ ਗੀਤ ਸੁਣ ਕੇ ਏਦਾਂ ਲੱਗਿਆ ਕਿ ਰਾਕੇ ਨੂੰ ਆਪਣੀ ਗਲਤੀ ਰਿਅਲਾਈਜ਼ ਹੋ ਗਈ ਹੈ, ਪਰ ਉਸਨੂੰ ਇਹ ਸਭ ਬੋਲਣ ਤੋਂ ਪਹਿਲਾਂ ਸੋਚਣਾ ਚਾਹੀਦਾ ਸੀ। ਜੇ ਆਡੀਅੰਸ ਇੱਕ ਵਾਰ ਇਨਸਾਨ ਨੂੰ ਨਕਾਰ ਦੇ ਤਾਂ ਉਸਨੂੰ ਜਲਦੀ ਪਸੰਦ ਨਹੀਂ ਕਰਦੀ। ਜੋ ਵੀ ਰਾਕੇ ਨੇ ਸਿੱਧੂ ਖਿਲਾਫ਼ ਬੋਲਿਆ ਉਹ ਸਭ ਮੈਨੂੰ ਬਿਲਕੁਲ ਵੀ ਵਧੀਆ ਨਹੀਂ ਲੱਗਿਆ। ਮੇਰੀ ਤਾਂ ਸਿੰਗਰਸ ਨੂੰ ਇਹੀ ਐਡਵਾਈਸ ਹੈ ਕਿ ਨੈਗੇਟਿਵਿਟੀ ਨਹੀਂ ਪੋਜ਼ਿਟਿਵਿਟੀ ਕ੍ਰੀਏਟ ਕਰੋ। ਬਾਕੀ ਤੁਹਾਡੇ ਰਾਕੇ ਬਾਰੇ ਕੀ ਵਿਚਾਰ ਨੇ ਜ਼ਰਾ ਕਮੈਂਟਾਂ ਵਿੱਚ ਜ਼ਰੂਰ ਦੱਸਿਓ। ਜੇ ਮੇਰੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ। ਐਦਾਂ ਦੀਆਂ ਬਹੁਤ ਸਾਰੀਆਂ ਵੀਡੀਓਜ਼ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰ ਦਿਓ।